ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਧਨੇਰ ਗਰੁੱਪ ਨੇ ਬਰਨਾਲਾ ਰੇਲਵੇ ਸਟੇਸ਼ਨ ਤੇ ਅੰਬਾਲਾ ਬਠਿੰਡਾ ਰੇਲਵੇ ਟਰੈਕ ਨੂੰ ਜਾਮ ਕਰ ਦਿੱਤਾ ਤੇ ਉੱਥੇ ਆਪਣਾ ਰੋਸ ਮੁਜ਼ਾਹਰਾ ਸ਼ੁਰੂ ਕਰ ਦਿੱਤਾ ਤੇ ਕੇਂਦਰ ਸਰਕਾਰ ਦੇ ਖਿਲਾਫ ਇਸ ਮੌਕੇ ਕਿਸਾਨਾਂ ਨੇ ਨਾਅਰੇਬਾਜ਼ੀ ਕੀਤੀ ਤੇ ਦਿੱਲੀ ਬਾਰਡਰ ਤੇ ਕਿਸਾਨਾਂ ਦੇ ਨਾਲ ਹੋ ਰਹੀ ਧੱਕੇਸ਼ਾਹੀ ਦੇ ਖਿਲਾਫ ਜੰਮ ਕੇ ਆਪਣਾ ਗੁੱਸਾ ਵੀ ਕੱਢਿਆ ਤੇ ਇਸ ਮੌਕੇ ਕਿਸਾਨਾਂ ਨੇ ਆਖਿਆ ਕਿ ਇਹ ਬਹੁਤ ਮੰਦਭਾਗਾ ਹੈ ਕਿ ਸ਼ਾਂਤੀਪੂਰਨ ਤਰੀਕੇ ਨਾਲ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਦਿੱਲੀ ਜਾ ਰਹੇ ਕਿਸਾਨਾਂ ਤੇ ਇਸ ਤਰ੍ਹਾਂ ਦਾ ਅਤਿਆਚਾਰ ਸਰਕਾਰ ਵੱਲੋਂ ਕੀਤਾ ਜਾ ਰਿਹਾ ਤੇ ਉਹ ਇਸ ਨੂੰ ਬਰਦਾਸ਼ਤ ਨਹੀਂ ਕਰਨਗੇ। ਵੈਸੇ ਜਿਹੜਾ ਅੱਜ ਦਾ ਰੇਲ ਰੋਕਣ ਦਾ ਪ੍ਰੋਗਰਾਮ ਡਕੌਂਦਾ ਜਥੇਬੰਦੀ ਨੇ ਐਲਾਨ ਕੀਤਾ ਗਾ, ਨਾਲ ਹੀ ਸੰਯੁਕਤ ਮੋਰਚਾ ਜਿਹੜਾ ਬਣਿਆ ਪਿਆ ਉਹਨੇ 3 ਘੰਟੇ ਟੂਲ ਫਰੀ ਕਰਾਉਣ ਦਾ ਸੱਦਾ ਗਾ। ਅਗਰਾਹਾਂ ਜਥੇਬੰਦੀ ਨੇ ਵੀ ਰੇਲਾਂ ਰੋਕਣ ਦਾ 3 ਘੰਟੇ ਦਾ ਕਹਿ ਲਓ 4 ਦਾ ਉਹਨਾਂ ਨੇ ਦਿੱਤਾ। ਉਹਨਾਂ ਮੰਗਾਂ ਦੀ ਖਾਤਰ ਸਾਡੇ ਜਿਹੜੇ ਕਿਸਾਨ ਮਜ਼ਦੂਰ ਜਾਂਦੇ ਸੀ ਉਹਨਾਂ ਨੂੰ ਜਿਹੜਾ ਕੁਛ ਰਾਹ ਦੇ ਵਿੱਚ ਬਾਰਡਰ ਹਰਿਆਣੇ ਦਾ ਨਹੀਂ ਹਜੇ ਆਇਆ ਸੀ ਅਤੇ ਰਾਹ ਦੇ ਵਿੱਚ ਜਿਹੜੀਆਂ ਰੋਕਾਂ ਲਾਈਆਂ ਨੇ, ਮੈਂ ਕਹੂੰਗਾ ਵੀ ਇਹ ਬਹੁਤ ਧੱਕਾ ਹੋਇਆ। ਜੇ ਕਹਿਣਾ ਹੋਵੇ ਵੀ ਇਹ ਦੂਜਾ ਦੇਸ਼ ਵੀ ਨਹੀਂ ਇਸ ਤਰ੍ਹਾਂ ਦੀਆਂ ਰੋਕਾਂ ਲਾਉਂਦਾ, ਜਿਸ ਤਰ੍ਹਾਂ ਦੇ ਕਿੱਲ ਗੱਡੇ ਕੰਧਾਂ ਸਾਰੀਆਂ ਗਈਆਂ ਅਤੇ ਫਿਰ ਕਿਸਾਨਾਂ ਨਾਲ ਜਦੋਂ ਦੋ ਮੇਰੀ ਗੱਲ ਚੱਲੀ ਆ ਚੰਡੀਗੜ੍ਹ ਦੇ ਵਿੱਚ, ਉਹਦੇ ਵਿੱਚ ਉਹ ਦੇਣ ਨੂੰ ਕੁਛ ਤਿਆਰ ਨਹੀਂ ਹੈਗੇ। ਦੇਖੋ ਚਾਹੇ ਉਹਦੇ 'ਚ ਖੇਤੀਬਾੜੀ ਮੰਤਰੀ ਆਇਆ, 2-3 ਮੰਤਰੀ ਹੋਰ ਸੀ, ਪਰ ਜਦੋਂ ਨਹੀਂ ਸੁਣੀ ਗਈ ਤਾਂ ਉਹ ਭਰਾਵੋ ਦਿੱਲੀ ਜਾਣ ਦਾ ਉਹਨਾਂ ਦਾ ਐਲਾਨ ਕਰਨਾ ਆਪਦਾ ਹੱਕ ਆ, ਇਹ ਕਿਸੇ ਨੂੰ ਵੀ ਹੱਕ ਆ ਕੋਈ ਜਾਵੇ। ਪਰ ਮਾੜੀ ਗੱਲ ਇਹ ਆ ਵੀ ਖੱਟੜ ਸਰਕਾਰ ਨੇ ਮੋਦੀ ਦੇ ਖੁਸ਼ ਕਰਨ ਦੇ ਮਾਰੇ ਨੇ ਮੋਦੀ ਨੂੰ, ਅਤੇ ਉਹਨੇ ਜਿਹੜੀ ਉੱਥੇ ਸਾਰਾ ਕੁਛ ਕੀਤਾ ਗਾ, ਜਿੰਨੀ ਫੌਜ ਦੀਆਂ ਟੁਕੜੀਆਂ ਸਾਡੀ ਪੰਜਾਬ ਪੁਲਿਸ ਦੀਆਂ ਵੱਖ ਵੱਖ ਟੁਕੜੀਆਂ ਕਹਿ ਲਓ ਹਰਿਆਣੇ ਪੁਲਿਸ ਦੀਆਂ ਉਹ ਸਾਰੀਆਂ ਤਾਇਨਾਤ ਕੀਤੀਆਂ ਗਈਆਂ। ਜਿਹੜੇ ਉਹਨਾਂ ਨੇ ਡਰੋਨਾਂ ਨਾਲ ਬੰਬ ਛਿੱਟੇ ਜੀ ਉਹ ਸਾਡੇ ਪੰਜਾਬ ਦੀ ਧਰਤੀ ਛਿੱਟੇ ਨੇ, ਹਰਿਆਣੇ ਸਾਡੇ ਬੜੇ ਹੀ ਨਹੀਂ, ਉਹਨਾਂ ਦਾ ਕੀ ਹੱਕ ਤੇ ਸਾਡੇ ਪੰਜਾਬ 'ਚ ਛਿੱਟਣ ਦਾ? ਹਾਂ ਸਾਡੀ ਜਨਤਾ ਹਰਿਆਣੇ 'ਚ ਵੜਦੀ ਫਿਰ ਉਹ ਛਿੜਦੇ, ਅਤੇ ਅਸੀਂ ਤਾਂ ਪੰਜਾਬ 'ਚ ਬੈਠਿਆ ਪੰਜਾਬ 'ਚ ਬੈਠਿਆਂ ਦੇ ਛਿੱਟੇ ਨੇ ਉਹਨਾਂ ਸੁਰੱਖਿਆ, ਜੇ ਕੋਈ ਉਹਨਾਂ ਨਾਲ ਜ਼ੁਲਮ ਕਾਹਦਾ, ਜੱਟਾਂ ਕੋਲ ਕੀ ਹੈ? ਉਹ ਤਾਂ ਰਫਲਾਂ ਲਈ ਬੈਠੇ ਨੇ, ਬੰਬ ਲਈ ਬੈਠੇ ਨੇ, ਸੁਰੱਖਿਆ ਕਾਹਦੀ ਆ ਉਹਨਾਂ ਦੀ? ਪੰਜਾਬ ਜੇ ਹਰਿਆਣੇ 'ਚ ਜਾ ਕੇ ਵੜਦੇ ਕਰ ਲੈਂਦੇ ਉਹ ਜਿਹੜੀ ਸੁਰੱਖਿਆ ਕਰਨੀ ਸੀ, ਅਸੀਂ ਤਾਂ ਅਜੇ ਆਪਣੇ ਪੰਜਾਬ 'ਚ ਹੀ ਬੈਠੇ ਹਾਂ, ਬੜੇ ਹੀ ਨਹੀਂ ਹਰਿਆਣੇ 'ਚ। ਜੱਟਾਂ ਦਾ ਰੌਲਾ ਜਿੱਥੇ ਸਾਡੇ ਨਾਲ ਮਜ਼ਬੀ ਸਿੰਘ ਤੇ ਰਮਦਾਸ ਜੀ ਜੁੜ ਗਏ ਤਾਂ ਮਿੰਟ ਲੱਗੂ, ਇਹ ਕਹਾਲਾਂ ਨੂੰ ਤਾਂ ਮਿੰਟ ਲੱਗੂ, ਅਜੇ ਤਾਂ ਜੀ ਬਜ਼ੁਰਗ ਤੁਰੇ ਫਿਰਦੇ, ਸਾਡੇ ਨੌਜਵਾਨ ਵੀ ਭੜ ਕੇ ਫਿਰਦੇ ਨੇ। ਪੰਜਾਬ ਦੇ ਕਿਸਾਨ, ਕਿਉਂਕਿ ਪੰਜਾਬ ਭਾਰਤ ਦਾ ਹਿੱਸਾ ਹੈ ਅਤੇ ਪੰਜਾਬ ਦੇ MP ਦੂਜੇ ਰਾਜ ਸਭਾ ਮੈਂਬਰ ਉਹ ਦਿੱਲੀ 'ਚ ਬੈਠਦੇ ਅਤੇ ਦਿੱਲੀ ਕੇਂਦਰ ਸਰਕਾਰ ਦਾ ਸੈਂਟਰ ਹੈੱਡ ਉੱਥੇ ਪੰਜਾਬ ਦੇ ਕਿਸਾਨ ਜਾ ਰਹੇ ਸੀ ਅਤੇ ਉਹਨਾਂ ਦੇ ਉੱਤੇ ਰੋਕਿਆ ਗਿਆ, ਉਹਨਾਂ ਨੂੰ ਜ਼ਬਰ ਕੀਤਾ ਗਿਆ। ਅਸੀਂ ਇਸ ਜ਼ਬਰ ਦੇ ਖਿਲਾਫ ਇਹ ਅੱਜ ਰੇਲਾਂ ਦਾ ਪੰਜਾਬ 'ਚ 10 ਥਾਵਾਂ 'ਤੇ ਲਗਭਗ ਸਾਡੀ ਜਥੇਬੰਦੀ ਵੱਲੋਂ 3 ਘੰਟੇ ਦੇ ਵਾਸਤੇ ਕਰਾਓ ਕਰ ਜਾਮ ਕਰ। ਹਾਂ ਸਰਕਾਰ ਨਾ ਮੰਨੀ ਤਾਂ ਸਾਡਾ ਜਿਹੜੇ ਸੰਯੁਕਤ ਮੋਰਚੇ ਦੇ ਜਥੇਬੰਦੀਆਂ ਵੱਲੋਂ ਵੀ ਇਹ ਵਿਚਾਰਿਆ ਜਾ ਰਿਹਾ, ਅੱਗੋਂ ਕੀ ਐਕਸ਼ਨ ਲੈਣਾ, ਸੰਯੁਕਤ ਮੋਰਚੇ ਦੀ ਜੋ ਵੀ ਕਾਲ ਹੋਊਗੀ ਅਸੀਂ ਉਹਨੂੰ ਲਾਗੂ ਕਰਾਂਗੇ। ਇਹ ਕੁਛ ਜਥੇਬੰਦੀਆਂ ਗਈਆਂ ਨੇ, ਸਾਡੇ ਉਹਨਾਂ ਨਾਲ ਕੁਛ ਮਤਭੇਦ ਨੇ, ਸਾਡਾ ਸਭ ਤੋਂ ਵੱਡਾ ਮਤਭੇਦ ਇਹ ਸੀ ਇਹ ਹੈ ਹੁਣ ਵੀ ਕਿ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਇਕਮੁੱਠ ਹੋ ਕੇ ਇੱਕ ਹੋ ਕੇ ਜਾਣਾ ਚਾਹੀਦਾ ਅਤੇ ਉਹਦੇ ਨਾਲ ਹੀ ਸਾਨੂੰ ਜਿੱਤ ਵਧੇਰੇ ਯਕੀਨੀ ਹੈ।
ਜਗਬਾਣੀ ਟੀਵੀ ਲਈ ਬਰਨਾਲਾ ਤੋਂ ਵਿਨੀਤ ਸ਼ਰਮਾ ਦੀ ਰਿਪੋਰਟ।